ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਰਣਜੀਤ ਸਿੰਘ ਢਿੱਲੋਂ ਨੀਟ ਐਂਡ ਬ੍ਰਦਰ ਸੈਂਟਰ ਤੋਂ। ਅਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਪਿਛਲੇ 6-7 ਸਾਲਾਂ ਤੋਂ ਜਿਹੜੀ ਹਰ ਇੱਕ ਲਾਈਸੈਂਸ ਦੀ ਕੋਚਿੰਗ ਦਿੰਦੇ ਆ ਰਹੇ ਹਾਂ। ਕੋਈ ਵੀ ਲਾਈਸੈਂਸ ਜਿਹੜਾ ਅਸੀਂ ਟਰਾਂਸਲੇਟ ਕਰਦੇ ਹਾਂ। ਸਾਡੇ ਜਗ੍ਹਾ ਜਗ੍ਹਾ 'ਤੇ ਔਫਿਸ ਨੇ। ਅਸੀਂ ਸਾਰਿਆਂ ਨੂੰ ਘਰ ਬੈਠ ਕੇ ਵੀ ਜਿਹੜੀ ਸਟੱਡੀ ਕਰਵਾਉਂਦੇ ਹਾਂ। ਲਾਈਵ ਕਲਾਸਾਂ ਜਿਹੜੀਆਂ ਸਾਡੀਆਂ ਚੱਲ ਰਹੀਆਂ ਨੇ। ਇੱਕ ਹੋਰ ਇਨਫੋਰਮੇਸ਼ਨ ਸਾਂਝੀ ਕਰਨੀ ਸੀਗੀ ਕਿ ਸਾਡੀ ਜਿਹੜੀ ਕਲਾਸ ਆ ਨੈਕਸਟ ਵੀਕ ਨਵੀਂ ਕਲਾਸ ਜਿਹੜੀ ਹੈ ਸ਼ੁਰੂ ਹੋਣ ਜਾ ਰਹੀ ਆ। ਜਿਹਦੀ ਐਡਮਿਸ਼ਨ ਚੱਲ ਰਹੀ ਆ, ਕੋਈ ਵੀ ਚਾਹਵਾਨ ਆ ਤਾਂ ਤੁਸੀਂ ਸਾਡੀ ਜਿਹੜੀ ਲਾਈਵ ਕਲਾਸ ਉਹਦੇ ਵਿੱਚ ਸਾਨੂੰ ਸਾਡਾ ਕੋਰਸ ਜੁਆਇਨ ਕਰਨ ਵਾਸਤੇ ਸਾਡੇ ਦਿੱਤੇ ਹੋਏ ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਜੋ, ਇਨਫੋਰਮੇਸ਼ਨ ਲੈ ਸਕਦੇ ਜੋ। ਅਤੇ ਪਲੱਸ ਨਾਲ ਜਿਹੜੀ ਅਸੀਂ ਇਟਾਲੀਅਨ ਸਿੱਖਣ ਵਾਸਤੇ ਵੀ, ਬੋਲੀ ਸਿਖਾਉਣ ਵਾਸਤੇ ਵੀ ਜਿਹੜੀ ਐਪਲੀਕੇਸ਼ਨ ਅਸੀਂ ਤਿਆਰ ਕਰ ਰਹੇ ਹਾਂ, ਉਹਦੇ ਬਾਰੇ ਵੀ ਆਪਾਂ ਤੁਹਾਨੂੰ ਇਨਫੋਰਮੇਸ਼ਨ ਦੇਣੀ ਸੀਗੀ ਕਿ ਜਿੰਨੇ ਵੀ ਬੋਲੀ ਸਿੱਖਣੀ ਆ ਉਹ ਸਾਡੇ ਨਾਲ ਸਾਡੇ ਕੋਲ ਜਾਣਕਾਰੀ ਲੈ ਸਕਦੇ ਆ ਕਿ ਕਿਵੇਂ ਉਹ ਸਾਡੀ ਐਪਲੀਕੇਸ਼ਨ ਦਾ ਯੂਜ਼ ਕਰ ਸਕਦੇ ਨੇ। ਸੋ ਚੱਕੋ ਫੋਨ ਅਤੇ ਕਰੋ, ਲਵੋ ਇਨਫੋਰਮੇਸ਼ਨ ਜਿਹੜੀ ਵੀ ਚੀਜ਼ ਦੀ ਲੈਣੀ ਆ। ਅਤੇ ਸੋ ਅੱਜ ਅਸੀਂ ਮਿਲਾਉਂਦੇ ਹਾਂ ਇੱਕ ਹੋਰ ਨਵੇਂ ਚਿਹਰੇ ਦੇ ਨਾਲ, ਆਪਣੇ ਨਵੇਂ ਸਟੂਡੈਂਟ ਦੇ ਨਾਲ, ਸੁਮਨਜੀਤ ਕੌਰ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦਾਸ ਵੱਲੋਂ ਵੀ ਅਤੇ ਸਾਡੀ ਪੂਰੀ ਟੀਮ ਵੱਲੋਂ, ਡਿਟੇ ਭਾਜੀ ਵੱਲੋਂ। ਅਤੇ ਤੁਹਾਨੂੰ ਸਭ ਤੋਂ ਪਹਿਲਾਂ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਕਿ ਤੁਸੀਂ ਬੀ ਲਾਈਸੈਂਸ ਜਿਹੜੀ ਥਿਊਰੀ ਆ ਪਿਛਲੇ ਹਫ਼ਤੇ ਪਾਸ ਕੀਤੀ ਆ। ਅਤੇ ਤੁਹਾਡੀਆਂ ਵੀ ਸਾਨੂੰ 2 ਗਲਤੀਆਂ ਆਈਆਂ ਜੀ, ਬਹੁਤ ਵਧੀਆ ਤੁਹਾਡੀ ਜਿਹੜੀ ਪਰਫੋਰਮੈਂਸ ਰਹੀ ਆ। ਕਿ ਤਕਰੀਬਨ ਜ਼ਿਆਦਾ ਪਹਿਲਾਂ ਸਾਰਿਆਂ ਦੇ ਮਨ 'ਚ ਇਹੀ ਡਰ ਹੁੰਦਾ ਖਾਸ ਤੌਰ 'ਤੇ ਲੇਡੀਜ਼ ਦੇ, ਕਿ ਜਦੋਂ ਵੀ ਉਹ ਸਾਡੇ ਕੋਲ ਪੜ੍ਹਨ ਆਉਂਦੇ ਨੇ ਪਹਿਲਾ ਸਵਾਲ ਇਹੀ ਹੁੰਦਾ ਹੈ ਕਿ ਭਾਅ ਜੀ ਅਸੀਂ ਕਰ ਲਵਾਂਗੇ। ਸੋ ਸਭ ਤੋਂ ਪਹਿਲਾਂ ਬਾਜੀ ਵੀ ਉਹੀ ਮਾਰ ਜਾਂਦੇ ਨੇ, ਬਾਜੀ ਵੀ ਉਹੀ ਮਾਰ ਜਾਂਦੇ, 3-4 ਮਹੀਨੇ 'ਚ ਪਾਸ ਹੋ ਜਾਂਦੇ ਨੇ। ਪਹਿਲਾ ਸਵਾਲ ਸਾਰਿਆਂ ਦਾ ਇਹੀ ਹੁੰਦਾ ਹੈ। ਅਤੇ ਤੁਹਾਨੂੰ ਕਿਵੇਂ ਦਾ ਲੱਗਾ ਜੀ, ਤੁਹਾਡੇ ਵੀ ਦਿਮਾਗ 'ਚ ਇੱਦਾਂ ਸੀਗਾ ਵੀ ਕਰ ਸਕਾਂਗੇ ਕਿ ਨਹੀਂ ਕਰ ਸਕਾਂਗੇ? ਸਾਰੇ ਕਰਦੇ ਸੀਗੇ, ਉਹਨਾਂ ਨੂੰ ਦੇਖ ਕੇ ਹੌਸਲਾ ਜਿਹਾ ਹੁੰਦਾ ਸੀਗਾ। ਠੀਕ ਹੈ ਜੀ, ਠੀਕ ਹੈ ਵੀ ਹਾਂ ਕਰੀਏ। ਤੇ ਬਾਕੀ ਪ੍ਰੋਬਲਮ ਆਉਂਦੀ ਸੀ ਭਾਜੀ, ਹੁਣ ਜਿੱਦਾਂ ਬੱਚਿਆਂ ਨਾਲ ਜਾਣਾ। ਹਾਂਜੀ ਹਾਂਜੀ, ਇਹ ਵੱਡੀ ਪ੍ਰੋਬਲਮ ਲੇਡੀਜ਼ ਦੀ ਖਾਸ ਤੌਰ ਤੇ, ਕਿ ਘਰ ਦੇ ਕੰਮ ਕਾਰ ਕਰਨੇ, ਫਿਰ ਬੱਚਿਆਂ ਨੂੰ ਤਿਆਰ ਕਰਕੇ ਭੇਜਣਾ। ਸੋ ਫਿਰ ਵੀ ਤੁਹਾਨੂੰ ਬਹੁਤ ਵਧੀਆ, ਤੁਸੀਂ ਮਿਹਨਤ ਦੇ ਨਾਲ ਜਿਹੜੇ ਆਪਣੇ ਕਰਕੇ ਪਾਸ ਹੋਏ ਜੋ, ਸਲਿਊਟ ਆ ਤੁਹਾਨੂੰ। ਸੋ ਕਿਵੇਂ ਦਾ ਤੁਹਾਡਾ ਜਿਹੜਾ ਆ, ਤੁਸੀਂ ਦੱਸੋ ਸਾਰਿਆਂ ਨੂੰ ਥੋੜਾ ਜਿਹਾ ਕਿ ਤੁਸੀਂ ਘਰੇ ਬੈਠ ਕੇ ਵੀ ਪੜ੍ਹੇ, ਕਲਾਸਾਂ ਵੀ ਲਾਈਆਂ, ਤੁਸੀਂ ਇੱਥੋਂ ਕੋਈ ਕਾਫੀ ਦੂਰ ਹੀ ਰਹਿੰਦੇ ਜੋ? ਹਾਂਜੀ ਹਾਂ, ਪਰ ਕਾਫੀ ਬੱਸ ਆਉਂਦੀ ਸੀਗੀ। ਹਾਂਜੀ, ਮਤਲਬ ਬੱਚੇ ਘਰੇ ਸੀਗੇ ਜਦੋਂ ਲਾਕਡਾਊਨ ਹੋ ਗਿਆ ਸੀ, ਬੱਚਿਆਂ ਦੇ ਸਕੂਲ ਬੰਦ ਸੀਗੇ। ਓਕੇ ਜੀ। ਤੇ ਉਦੋਂ ਸਟੱਡੀ ਵਿੱਚ ਰੁਕ ਗਈ ਸੀਗੀ, ਦੁਬਾਰਾ ਸ਼ੁਰੂ ਕੀਤੀ। ਮਤਲਬ ਕਿ ਭਾਜੀ ਮੈਂ ਬੱਚਿਆਂ ਨੂੰ, ਛੋਟਾ ਬੇਟਾ ਦੇ ਲੋ ਨਿੱਕਾ ਹੀ ਆ ਹਜੇ, ਠੀਕ ਹੈ, ਇਕੱਲੇ ਹੀ ਛੱਡ ਕੇ ਆਉਂਦੀ ਸੀ ਉਹਨਾਂ ਨੂੰ। ਬਿਲਕੁਲ ਬਿਲਕੁਲ ਸਹੀ ਹੈ ਜੀ। ਪੇਪਰ ਸੀਗਾ ਕਾਫੀ ਜ਼ਿਆਦਾ, ਤੁਸੀਂ ਨਰਵਸ ਸੀਗੇ ਤੇ ਰਾਤ ਸੁੱਤੇ ਵੀ ਨਹੀਂ ਸ਼ਾਇਦ ਤੁਸੀਂ ਕਿਹਾ, ਤੇ ਸਵੇਰੇ ਤੁਸੀਂ ਬੁਖਾਰ ਵੀ ਚੜ੍ਹਾਈ ਕਰਦੇ ਸੀ। ਤੇ ਚਲੋ ਖੈਰ, ਟੈਨਸ਼ਨ ਨਾਲ ਥੋੜਾ ਬਹੁਤ ਬੋਦਰੇਸ਼ਨ ਤਾਂ ਆਉਂਦੀ ਆ, ਪਰ ਅਸੀਂ ਹਮੇਸ਼ਾ ਆਪਣੇ ਸਟੂਡੈਂਟ ਨੂੰ ਇਹ ਵੀ ਦੱਸਦੇ ਹਾਂ, ਤੁਸੀਂ ਵੀ, ਤੁਹਾਡੇ ਵਾਸਤੇ ਵੀ ਗੌਰ ਕਰਨ ਵਾਲੀ ਗੱਲ ਆ, ਕਿ ਜਿੱਦਣ ਆਪਣਾ ਪੇਪਰ ਹੁੰਦਾ ਆ, ਜ਼ਿਆਦਾ ਜੇ ਤੁਸੀਂ ਜ਼ਿਆਦਾ ਬੋਦਰੇਸ਼ਨ ਲਓਗੇ ਤੇ ਆਪਣੀ ਸਿਹਤ ਖਰਾਬ ਕਰੋਗੇ। ਤੇ ਜਿਹੜਾ ਤੁਹਾਡਾ ਮਾਇੰਡ ਜਿਹੜਾ ਪੜ੍ਹਾਈ ਦੇ ਉੱਪਰ ਕੰਸਨਟ੍ਰੇਟ ਹੁੰਦਾ ਆ, ਉਹ ਸਾਰਾ ਜਿਹੜਾ ਪੜ੍ਹਾਈ ਤੋਂ ਉਹ ਲੀਤ ਉਤਰੇਗਾ। ਸੋ ਬੈਸਟ ਇਹੀ ਆ ਕਿ ਟੈਸਟ ਵਾਲੇ ਦਿਨ ਖਾਸ ਜਿਹੜਾ ਆ, ਜ਼ਿਆਦਾ ਆਪਾਂ ਪ੍ਰੈਸ਼ਰ ਨਹੀਂ ਦੇਣਾ ਦਿਮਾਗ ਦੇ ਉੱਪਰ, ਥੋੜ੍ਹਾ ਆਪਣੇ ਆਪ ਨੂੰ ਕੂਲ ਰੱਖਣਾ ਆ। ਸੋ ਡਰ ਉਹਨਾਂ ਚਿਰ ਤੱਕ ਹੁੰਦਾ ਜਿੰਨਾ ਚਿਰ ਤੱਕ ਆਪਾਂ ਕੰਪਿਊਟਰ ਤੇ ਬੈਠ ਕੇ ਕੁਇਜ਼ ਕਰਨੇ ਸ਼ੁਰੂ ਨਹੀਂ ਕਰ ਦਿੰਦੇ। ਖੈਰ ਤੁਹਾਡੇ ਨਾਲ ਵੀ ਇੱਦਾਂ ਹੀ ਹੋਇਆ? ਹਾਂਜੀ ਹਾਂ, ਮੇਰੇ ਨਾਲ ਇੱਦਾਂ ਹੀ ਹੋਇਆ ਭਾਜੀ, ਬਹੁਤ ਜ਼ਿਆਦਾ ਡਰ ਲੱਗੀ ਜਾਂਦਾ ਸੀ। ਠੀਕ ਹੈ ਜੀ। ਤੇ ਪਰ ਜਦੋਂ ਕੰਪਿਊਟਰ ਤੇ ਬੈਠ ਕੇ, ਮਤਲਬ ਫਿਰ ਮਾਇੰਡ ਵੀ ਰਿਲੈਕਸ ਹੋ ਗਿਆ। ਹਾਂਜੀ ਹਾਂਜੀ, ਤੇ ਆਪਣੀ ਆਪ ਹੀ ਮਤਲਬ ਸਵਾਲ ਠੀਕ ਗਲਤ ਹੋ ਹੀ ਜਾਂਦੇ ਸੀ। ਜਦੋਂ ਸੋਚਦੇ ਸੀ ਮਤਲਬ ਐਂ ਲੱਗਦਾ ਸੀ ਭਾਜੀ, ਨੋਰਮਲ ਕਰਦੇ ਸੀ ਵੀ ਬਿਲਕੁਲ ਸਾਫ਼ ਹੈ। ਹਾਂਜੀ ਹਾਂਜੀ ਹਾਂ, ਉਦੋਂ ਮਾਈਂਡ ਨਿਕਲ ਜਾਂਦਾ ਸਾਰਾ ਕੁਝ। ਚਲੋ, ਪਰ ਨਹੀਂ, ਜਦੋਂ ਦੇਖਦੇ ਆ ਫਿਰ ਲੱਗਦਾ ਵੀ ਹਾਂ ਸਾਰਾ ਪੜਿਆ ਹੋਇਆ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ, ਚਲੋ ਬਹੁਤ ਵਧੀਆ, ਤੁਹਾਨੂੰ ਫਿਰ ਮੁਬਾਰਕਾਂ। ਤੇ ਤੁਸੀਂ ਸ਼ਾਇਦ ਗੁਈ ਦੇ ਵੀ ਸ਼ੁਰੂ ਕਰਨ ਲੱਗੇ ਹੁਣ, ਜਲਦੀ ਜਲਦੀ ਗੁਈ ਦੇ ਸ਼ੁਰੂ ਕਰਕੇ ਪਾਸ ਹੋ ਗਏ ਤੇ ਗੱਡੀ ਲਵੋ ਨਵੀਂ। ਸੋ ਸਾਡੀਆਂ ਬੈਸਟ ਵਿਸ਼ਿਸ ਸਾਰੇ ਸਾਡੇ ਸਟੂਡੈਂਟ ਦੇ ਨਾਲ ਨੇ। ਕੋਈ ਵੀ ਪ੍ਰੋਬਲਮ ਆਉਂਦੀ ਆ, ਕਿਸੇ ਸਵਾਲ ਸਮਝਣ ਦੇ ਵਿੱਚ, ਕੋਈ ਵੀ ਇਨਫੋਰਮੇਸ਼ਨ ਲੈਣੀ ਆ, ਤੇ ਤੁਸੀਂ ਬੇਝਿਜਕ ਸਾਡੇ ਸਾਰੇ ਨੰਬਰਾਂ ਦੇ ਉੱਪਰ
कॉन्टैक्ट कर सकते जी साडी टीम दे जिहड़े 6-7 मैंबर ने असीं 6-7 टीचर आ जिन्ने भी ट्रांसलेट करदे सारी इटली दे विच सारे यूरोप दे विच ते असीं हुण इंग्लिश दे विच भी क्लासां शुरू कीतियां ने ते असीं फ्रांसी वासियां नूं फ्रेंच आउंदी आ उहनां वास्ते भी क्लासां जल्दी शुरू कर जा रहे आ सो कोई भी ऐसा जी जिहड़ा आ साडा इही एम आ कि असीं टारगेट आ कि कोई भी बंदा जिहड़ा आ लाइसेंस तों बिना जिहड़ा आ यूरोप दे विच ना रहे ਸੋ ਸਾਡੀਆਂ ਬੈਸਟ ਵਿਸ਼ੇਸ ਤੁਹਾਡੇ ਨਾਲ ਨੇ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਤੁਹਾਨੂੰ ਬਹੁਤ ਬਹੁਤ ਫਿਰ ਇੱਕ ਵਾਰੀ ਮੁਬਾਰਕ ਖਾਲਸਾ ਵਾਹਿਗੁਰੂ ਜੀ।